कोरोना पॉजिटिव आए डॉक्टर ने खोली पंजाब सरकार दे प्रबंधा दी पोल। पट्टी आइसोलेशन वार्ड दी वीडियो जारी करके दसियां प्रबंधा दी कमियां। पंजाब सरकार वालों कोरोना वायरस दे मरीजां दे इलाज दौरान उन्हां नूं लोड़ींदियां सुविधावां मुहैया करवाउण दे दावे कीते जांदे हन, परंतु इस संबंधी मरीजां वालों कीतियां जांदियां शिकायतां भी वध रहियां हन। इस दौरान कोरोना के खिलाफ जंग विच मुहरली कतार विच लड़न वाले एक डॉक्टर नु कोरोना पॉजिटिव पाए जाने ते संगरूर दे आइसोलेशन वार्ड विच दाखिल किया गया है। अते उक्त डॉक्टर वालों लोड़ींदियां सुविधावां ना मिलन ते आइसोलेशन वार्ड दियां तस्वीरां जनतक कीतियां गईयां हन, जिन्हां विच सेहत विभाग दे प्रबंधा दी कमी साफ जाहिर हुंदी है। गुजरात दे वडोदरा विच स्थित हॉस्पिटल फॉर मेंटल हेल्थ विच साइकेस्ट्री दी पोस्ट ग्रेजुएशन कर रहे संगरूर दे वसनीक डॉक्टर सचिन गर्ग दी मनिए तां पंजाब सरकार वल्लों कोविड-19 दे पॉजिटिव मरीजां नूं आइसोलेशन दौरान जिस थां ते रखिया जा रहा है उत्थे साफ सफाई दे लोड़ींदे प्रबंध नहीं हन अते मच्छरां दी भरमार कारण मरीजां नूं डेंगू होण दा खतरा है। ਉਹਨਾਂ ਨੇ ਸੰਗਰੂਰ ਦੇ ਉਸ ਆਈਸੋਲੇਸ਼ਨ ਸੈਂਟਰ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੈ ਦੀ ਹਾਲਤ ਬਿਆਨ ਕਰਨ ਲਈ ਇਸ ਦੀ ਵੀਡੀਓ ਜਾਰੀ ਕਰਕੇ ਸਿਹਤ ਵਿਭਾਗ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਸਚਿਨ ਗਰਗ ਹੈ ਅਤੇ ਮੈਂ ਕੱਲ੍ਹ ਪੋਜ਼ੀਟਿਵ ਟੈਸਟਿੰਗ ਆਈ ਹੈ ਮੇਰੀ ਕੋਰੋਨਾ ਤੋਂ। ਮੈਂ ਪਿਛਲੇ 1.5 ਮਹੀਨੇ ਤੋਂ ਫਰੰਟ ਲਾਈਨ 'ਤੇ ਕੰਮ ਕਰ ਰਿਹਾ ਹਾਂ ਅਤੇ ਕੱਲ੍ਹ ਮੇਰੀ ਪੋਜ਼ੀਟਿਵ ਆਉਣ ਕਰਕੇ ਰਿਪੋਰਟ ਮੈਨੂੰ ਆਈਸੋਲੇਸ਼ਨ ਵਾਰਡ ਸਿਵਲ ਹੋਸਪਿਟਲ ਵਿੱਚ ਰੱਖਿਆ ਗਿਆ ਹੈ। ਆ ਪਲੀਜ਼ ਤੁਸੀਂ ਦੇਖ ਸਕਦੇ ਹੋ ਆਈਸੋਲੇਸ਼ਨ ਵਾਰਡ ਦਾ ਕੀ ਹਾਲ ਹੈ, ਆ ਕਿੰਨਾ ਬੁਰਾ ਹਾਲ ਹੈ ਜੀ। ਇੱਧਰਲੇ ਪਾਸੇ ਜੇਲ੍ਹ ਵਾਂਗੂ ਕਮਰਾ ਬਣਿਆ ਹੋਇਆ ਜੀ। ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਹਾਡੇ ਫਰੰਟ ਲਾਈਨਸ 'ਤੇ ਕੰਮ ਕਰ ਰਹੇ ਡਾਕਟਰ ਨੇ, ਜੇ ਉਹ ਪੋਜ਼ੀਟਿਵ ਆ ਗਏ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਟ੍ਰੀਟਮੈਂਟ ਕਰੋਗੇ? ਇੱਥੇ ਸਵੇਰੇ ਇੰਨੀ ਗੰਦੀ ਚਾਹ ਜੀ, ਇੰਨਾ ਗੰਦਾ ਵਾਸ਼ਰੂਮ। ਡਾਕਟਰ ਸਚਿਨ ਗਰਗ ਅਨੁਸਾਰ ਉਹਨਾਂ ਦੀ ਇੱਕ ਭੈਣ ਸੰਗਰੂਰ ਸਿਵਲ ਹਸਪਤਾਲ ਵਿੱਚ ਛਾਤੀ ਦੇ ਰੋਗਾਂ ਦੀ ਮਾਹਿਰ ਡਾਕਟਰ ਹੈ ਅਤੇ ਉਹ ਵੀ ਕੋਰੋਨਾ ਪੀੜਿਤ ਮਰੀਜ਼ਾਂ ਦੇ ਇਲਾਜ ਵਿੱਚ ਜੁਟੀ ਹੋਈ ਹੈ। ਉਸਦਾ ਕਹਿਣਾ ਹੈ ਕਿ ਆਪਣੇ ਇੱਕ ਪਰਿਵਾਰਿਕ ਵਿਵਾਦ ਦੇ ਕਾਰਨ ਉਸਨੂੰ ਬੀਤੀ 24 ਅਪ੍ਰੈਲ ਨੂੰ ਗੁਜਰਾਤ ਤੋਂ ਵਾਪਸ ਸੰਗਰੂਰ ਆਉਣਾ ਪਿਆ ਸੀ ਅਤੇ ਇੱਥੇ ਪਹੁੰਚਣ ਤੇ ਸਿਹਤ ਵਿਭਾਗ ਵੱਲੋਂ ਉਸਨੂੰ 25 ਅਪ੍ਰੈਲ ਤੋਂ 8 ਮਈ ਤੱਕ ਕੁਆਰੰਟੀਨ ਕੀਤਾ ਗਿਆ ਸੀ। ਬੀਤੀ 2 ਮਈ ਨੂੰ ਉਸਦਾ ਸੈਂਪਲ ਲਿਆ ਗਿਆ ਸੀ ਜਿਸਦੀ ਰਿਪੋਰਟ 5 ਮਈ ਨੂੰ ਆਈ, ਜਿਸ ਤੋਂ ਬਾਅਦ ਉਸਨੂੰ ਇਸ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ ਜਿੱਥੇ ਮੱਛਰਾਂ ਦੀ ਭਰਮਾਰ ਕਾਰਨ ਉਹ ਪੂਰੀ ਰਾਤ ਸੌ ਨਹੀਂ ਪਾਉਂਦੇ। ਪ੍ਰਬੰਧਨ ਵੱਲੋਂ ਇੱਥੇ ਸਾਫ਼ ਸਫਾਈ ਦਾ ਵੀ ਲੋੜੀਂਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਕਈ ਮਰੀਜ਼ਾਂ ਨੂੰ ਇੱਕੋ ਬਾਥਰੂਮ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਆਈਸੋਲੇਸ਼ਨ ਵਾਰਡ ਵਿੱਚ ਉਹਨਾਂ ਦੇ ਨਾਲ ਦੇ ਕਮਰੇ ਵੀ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਮਰੀਜ਼ਾਂ ਨੂੰ ਰੱਖਿਆ ਹੋ ਗਿਆ ਹੈ ਅਤੇ ਉਹਨਾਂ ਨੂੰ ਵੀ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਡਾਕਟਰ ਸਚਿਨ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਸਰਕਾਰ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਕੇ ਆਈਸੋਲੇਸ਼ਨ ਵਾਰਡ ਵਿੱਚ ਸਾਫ਼ ਸਫਾਈ ਦੇ ਲੋੜੀਂਦੇ ਪ੍ਰਬੰਧ ਕਰੇ ਅਤੇ ਉਹਨਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਜਾਂ ਫਿਰ ਉਹਨਾਂ ਦੇ ਘਰ ਵਿੱਚ ਇਲਾਜ ਲਈ ਭੇਜ ਦਿੱਤਾ ਜਾਵੇ ਤਾਂ ਜੋ ਉਹ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ। ਇਸ ਸੰਬੰਧੀ ਸੰਪਰਕ ਕਰਨ ਤੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਵਿੱਚ ਰੱਖੇ ਜਾਣ ਵਾਲੇ ਮਰੀਜ਼ਾਂ ਤੇ ਕੁਝ ਪਾਬੰਦੀਆਂ ਲਗਾਉਣੀਆਂ ਪੈਂਦੀਆਂ ਹਨ ਜਿਸ ਕਾਰਨ ਉਹ ਮਰੀਜ਼ ਥੋੜੀ ਮਾਨਸਿਕ ਪਰੇਸ਼ਾਨੀ ਮੰਨਦੇ ਹਨ। ਉਹਨਾਂ ਕਿਹਾ ਕਿ ਕੋਰੋਨਾ ਨਾਲ ਲੜ ਰਹੇ ਡਾਕਟਰਾਂ ਤੇ ਕੰਮ ਦਾ ਭਾਰੀ ਬੋਝ ਹੈ ਅਤੇ ਉਹ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਕੰਮ ਕਰ ਰਹੇ ਹਨ। ਆਈਸੋਲੇਸ਼ਨ ਵਾਰਡ ਵਿੱਚ ਸਾਫ਼ ਸਫਾਈ ਦੇ ਪ੍ਰਬੰਧਾਂ ਅਤੇ ਬੁਨਿਆਦੀ ਸੁਵਿਧਾਵਾਂ ਦੀ ਘਾਟ ਬਾਰੇ ਉਹਨਾਂ ਕਿਹਾ ਕਿ ਉਹ ਤੁਰੰਤ ਸੰਬੰਧਿਤ ਅਧਿਕਾਰੀ ਨੂੰ ਹਦਾਇਤਾਂ ਜਾਰੀ ਕਰ ਰਹੇ ਹਨ ਅਤੇ ਇਹ ਕਮੀਆਂ ਤੁਰੰਤ ਦੂਰ ਹੋ ਜਾਣਗੀਆਂ। ਜੇਕਰ ਤੁਹਾਨੂੰ ਸਾਡਾ ਚੈਨਲ ਪਸੰਦ ਆਇਆ ਹੈ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਘੰਟੀ 10 ਵਿੱਚ ਆਨ ਕਰੋ ਤਾਂ ਜੋ ਸਾਡੀਆਂ ਖਬਰਾਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ। ਸੰਗਰੂਰ ਤੋਂ ਸਕਾਈ ਹੱਕ ਟਾਈਮਸ ਲਈ ਮਨੋਜ ਸ਼ਰਮਾ ਦੀ ਰਿਪੋਰਟ।